ਸ਼ਹੀਦਾਂ ਨੇ ਬਹੁਤ ਭਾਰੀ ਪਾਰੂ ਕਰ ਦਿੱਤਾ ਹੈ। ਸਤਿਕਾਰਯੋਗ ਪੂਜਨੀ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਗੁਰਮੁਖ ਪਿਆਰਿਆਂ ਦੇ ਸਤਿਗੁਰਾਂ ਨੇ ਨਿਰਾਮਤ ਕਰਕੇ ਜੋ ਪਾਵਨ ਅਸਥਾਨ 'ਤੇ ਸੋਨੇ ਦੇ ਦਰਵਾਜ਼ਿਆਂ ਦੀ ਜਿਹੜੀ ਸੇਵਾ ਹੈ ਉਹ ਲਈ ਹੈ, ਔਰ ਅੱਜ ਜਿਹੜੇ ਸੋਨੇ ਦੀਆਂ ਜੋੜੀ ਸੀਗੀ ਉਹ ਚੜ੍ਹਾਈ ਗਈ ਹੈ, ਸਿੱਖਾ ਦਰਵਾਜ਼ਾ ਉਹ ਚੜ੍ਹਾਇਆ ਗਿਆ। ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ, ਸੰਗਤਾਂ ਜੁੜੀਆਂ ਨੇ, ਸਤਿਗੁਰੂ ਮਿਹਰ ਕਰਨ, ਸਮੁੱਚੀ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਸੁਣਾਵਾਂ ਦੇ ਰਿਹਾ। ਸੇਵਾ ਹੋਈ ਹੈ, ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਨੇ ਕਿਰਪਾ ਕੀਤੀ ਹੈ, ਸੋਨੇ ਦੇ ਦਰਵਾਜ਼ਿਆਂ ਦੀ ਸੇਵਾ ਹੋਈ ਹੈ ਜੀ। ਤਿੰਨ ਦਰਵਾਜ਼ਿਆਂ ਦੀ ਸੇਵਾ ਪਹਿਲਾਂ ਮਹਾਰਾਜ ਨੇ ਕਿਰਪਾ ਕਰਕੇ ਸੰਗਤ ਦੇ ਸਿਰ 'ਤੇ ਹੱਥ ਰੱਖ ਕੇ ਲਿੱਤੀ ਹੈ ਜੀ। ਅੱਜ ਰਹਿੰਦਾ ਦਰਵਾਜ਼ਾ ਜਿਹੜਾ ਚੌਥਾ ਹੈਗਾ ਉਹਦੀ ਸੇਵਾ ਹੋਈ ਹੈ, ਉਹਦੇ ਵਿੱਚ ਹਾਜ਼ਰੀ ਸਿੰਘ ਸਾਹਿਬ ਜੀ ਨੇ ਵੀ ਭਰੀ ਹੈ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿੰਨੀ ਵੀ ਸੇਵਾ ਲਈ ਹੈ ਉਹ ਸਾਹਿਬਜ਼ਾਦਿਆਂ ਨੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਲਿੱਤੀ ਹੈ ਜੀ। ਸਾਰੀ ਸੰਗਤ ਦੇ ਸੰਯੋਗ ਨਾਲ ਹੋਈ ਹੈ ਜੀ।
ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਮੈਂ ਅੱਜ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਹੁਤ ਪਰਮੇਸ਼ਰ ਨੇ, ਸੱਚੇ ਪਾਤਸ਼ਾਹ ਨੇ ਵੱਡੀ ਕਿਰਪਾ ਕੀਤੀ ਹੈ। ਗੁਰਮਿੰਦਰ ਸਿੰਘ ਨੇ, ਭਾਈ ਸਾਹਿਬ, ਉਹਨਾਂ ਨੇ ਪਹਿਲਾਂ ਭੋਰਾ ਸਾਹਿਬ ਤੇ ਤਿੰਨ ਦਰਵਾਜਿਆਂ ਦੀ ਜਿਹੜੀ ਸੇਵਾ ਪਹਿਲਾਂ ਕੀਤੀ ਸੀਗੀ, ਚੌਥਾ ਦਰਵਾਜਾ ਜਿਹੜਾ ਅੱਜ ਜੋੜੀ, ਉਹ ਅੱਜ ਭੋਰਾ ਸਾਹਿਬ ਸੇਵਾ ਸੰਪੂਰਨ ਹੋਈ ਹੈ। ਸਿੰਘ ਸਾਹਿਬ, ਅਕਾਲ ਤਖ਼ਤ ਜਥੇਦਾਰ ਸਾਹਿਬ ਆਨੰਦਪੁਰ ਸਾਹਿਬ ਤੋਂ, ਹੋਰ ਜਿਹੜੀਆਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਅੱਜ ਪਹੁੰਚੀਆਂ ਸੀਗੀਆਂ, ਜਿਹੜੇ ਚਾਰੇ ਦਰਵਾਜੇ ਜਿਹੜੇ ਹੇਠਾਂ ਅੱਜ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੋਨੇ ਦੇ ਜਿਹੜੇ ਅੱਜ ਉਸ ਪਰਿਵਾਰ ਵੱਲੋਂ ਸੇਵਾ ਸੰਪੂਰਨ ਹੋਈ, ਬਹੁਤ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਪਰਿਵਾਰ ਤੇ ਸੇਵਾ ਲਈ। ਪਰਮਾਤਮਾ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ, ਕੌਮ ਨੂੰ, ਦੇਸ਼ ਕੌਮ ਦੀ ਸੇਵਾ ਸੰਗਤ ਨੂੰ ਇਸੇ ਤਰ੍ਹਾਂ ਬਖਸ਼ਦਾ ਰਹੇ। ਇਹ ਮੋਹਾਲੀ ਤੋਂ ਨੇ ਜੀ, ਇਹ ਰੀਅਲ ਸਟੇਟ ਦਾ ਕੰਮ ਕਰਦੇ ਨੇ ਤੇ ਉਹਨਾਂ ਵੱਲੋਂ ਜਿਹੜੀ ਇਹ ਅੱਜ ਜਿਹੜੀ ਸੇਵਾ ਇਹ ਸੰਪੂਰਨ ਹੋਈ ਹੈ ਤੇ ਹੁਣ ਇਹਨਾਂ ਨੇ ਅਗਲੀ ਜਿਹੜੀ ਸੇਵਾ ਜੋਤੀ ਸਰੂਪ ਗੁੰਮਟ ਤੇ ਜਿਹੜੀ ਇਹਨਾਂ ਨੇ ਆਰੰਭ ਤਾਂ ਕਰਨੀ ਹੈ, ਸੋਨੇ ਦੀ ਜਿਹੜੀ ਸੇਵਾ ਹੈ।